हाँ जी, सारे श्रोतियां नूं प्यार भरी सत श्री अकाल दोस्तों, स्वागत है तुहाडा अपने चैनल दे उत्ते। दोस्तों हुण अपनी जिहड़ी मौलवी वाला दी बकरा मंडी हैगी पातड़ां दे बिल्कुल नेड़े पटियाला जिले दे विच, इहदी बाबत आपां गल्लबात करदे आं बाई गुरसेवक सिंह दे नाल, जिहड़े कि इस मंडी नूं लगा रहे नेगे इहनां दे नाल, क्योंकि बाई जी ने आपां नूं दस्सिया गा कि बाई जी आपां इह मंडी है जिहड़ी पहलां 7 ते 23 तरीक विच लगा रहे सी, हुण आपां बदलनी है तरीक, ते बाई दे नाल गल्लबात करदे आं वी कदों रख रहे ने। बाई जी स्वागत है। सत श्री अकाल जी। सब तों पहलां तां इल्ती लाणा चैनल दा, बाकी जिन्ने भी किसान वीर अगों वेख रहे ने सारिआं नूं प्यार भरी सत श्री अकाल जी। ਤੇ ਬਾਈ ਜੀ ਦੱਸੋ ਵੀ ਆਪਾਂ ਹੁਣ ਇਹ ਮੰਡੀ ਹੈ ਕਦੋਂ ਲਗਾਉਣ ਜਾ ਰਹੇ ਹਾਂਗੇ, ਕਿਹੜੀਆਂ ਤਰੀਕਾਂ 'ਚ ਲੱਗੂਗੀ? ਬਾਈ ਜੀ, ਪਹਿਲਾਂ ਤਾਂ ਸਾਡੇ ਕੋਲ ਡੇਟਾਂ ਸੀਗੀਆਂ ਤਕਰੀਬਨ 7 ਤੇ 23, ਫਿਰ ਕਿਸਾਨ ਵੀਰਾਂ ਦੇ ਕਹਿਣ ਦੇ ਉੱਤੇ ਅਤੇ ਕੁਛ ਮੰਡੀਆਂ ਨਾਲ ਡੇਟਾਂ ਸਾਡੀਆਂ ਰਲਦੀਆਂ ਸੀ, ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਹਨਾਂ ਨੂੰ ਐਤਵਾਰ ਦੀ ਮੰਡੀ ਕਰਤੀ, ਹਰ ਐਤਵਾਰ ਦੀ ਜੀ। ਹਰ ਐਤਵਾਰ ਨੂੰ ਲੱਗਣੀ ਜੀ ਸਰ? ਕਿੱਥੇ ਲੱਗਣੀ ਇਹ ਆਪਣੀ? ਇਹ ਪਿੰਡ ਮੌਲਵੀ ਵਾਲਾ ਜੀ, ਜ਼ਿਲ੍ਹਾ ਪਟਿਆਲਾ, ਸ਼ਹਿਰ ਪਾਤੜਾਂ ਜੀ। ਹਾਂਜੀ। ਤੇ ਆਪਾਂ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਆਂ ਵੀ ਆਪਣੇ ਕੋਲ ਵੀਰ ਕੀ ਲੈ ਕੇ ਆਉਣ, ਬੱਕਰੀਆਂ, ਭੇਡਾਂ ਜਾਂ ਕੁਛ ਵੀ? ਵੀਰ ਜੀ, ਆਲ ਓਵਰ ਜੋ ਮਰਜ਼ੀ ਲਿਆ ਸਕਦੇ ਨੇ, ਭੇਡਾਂ ਬੱਕਰੀਆਂ ਤਾਂ ਚਲੋ ਅੱਗੇ ਵੀ ਆਪਾਂ ਕਹਿੰਦੇ ਹੀ ਆ ਕਿਸਾਨ ਵੀਰਾਂ ਨੂੰ, ਬਾਕੀ ਹੋਰ ਵੀ ਕਾਟੂ ਮਾਲ ਵੀ ਲਿਆਉਣ ਵੱਧ ਤੋਂ ਵੱਧ, ਕਿਉਂਕਿ ਵਪਾਰੀ ਵੀਰ ਬਹੁਤ ਪਹੁੰਚਦਾ, ਕਾਟੂ ਮਾਲ ਦੀ ਕਮੀ ਹੈ। ਇੱਕ ਤਾਂ ਕਾਟੂ ਮਾਲ ਲਿਆਉਣ, ਸੋਹਣੀਆਂ ਬੱਕਰੀਆਂ ਲਿਆਉਣ, ਭੇਡਾਂ ਲਿਆਉਣ, ਹੋਰ ਵੀ ਜ਼ਿਆਦਾਤਰ ਕਿਸੇ ਨੇ ਮੁਰਗੇ ਕੋਈ ਹੋਰ ਜਾਨਵਰ ਇੱਦਾਂ ਦੇ ਵੇਚਣੇ ਨੇ, ਉਹ ਵੀ ਲਿਆ ਸਕਦਾ ਜੀ ਮੰਡੀ ਦੇ ਵਿੱਚ। ਠੀਕ ਹੈ ਜੀ। ਹਾਂਜੀ ਸਰ। ਠੀਕ ਹੈ ਵੀਰ ਜੀ, ਫਿਰ ਧੰਨਵਾਦ ਜੀ। ਲਓ ਵੀਰੋ, ਗੇੜਾ ਕੱਢਦੇ ਹਾਂ ਆਪਾਂ ਮੰਡੀ ਦਾ, ਦਿਖਾਉਂਦੇ ਵਿੱਚ ਮੰਡੀ ਦੇ ਵਿੱਚ ਕੀ ਹੈਗਾ ਗੱਲਬਾਤ। ਆਪੇ ਹੁਣੇ ਪਿਛਲੇ ਬੰਨੇ ਆਪਣੇ ਬਾਈ ਖੜੇ ਨੇਗੇ, ਸਕਾਰਪੀਓ ਗੱਡੀ ਦੇ ਵਿੱਚ ਲੈ ਨੇਗੇ ਬਾਈ, ਸਕਾਰਪੀਓ ਗੱਡੀ ਇੱਧਰ ਜਿਵੇਂ ਇਹ, ਹਾਂ ਸਕਾਰਪੀਓ ਦੇ ਵਿੱਚ ਬਾਈ ਲੱਦ ਕੇ ਲੈ ਨੇਗੇ। ਕਈ ਨਗ ਨੇ, 3, 4, 6, 8, 9 ਨਗ ਨੇਗੇ ਬਾਈ ਲੈ ਕੇ ਆਏ ਨੇ, ਦੇਖਦੇ ਹਾਂਗੇ ਕਿਹੜੇ ਬਾਈ ਦੇਣਗੇ। ਬਾਈ ਜੀ, ਕਿਹੜੇ ਬਾਈ ਦੇ ਨੇ ਇਹ? ਕਿਹੜਾ ਬਾਈ ਆ? ਆ ਬਾਬਾ। ਅੱਛਾ, ਉਹਦੇ ਨੇ। ਠੀਕ ਹੈ, ਵੇਚਣ ਵਾਸਤੇ ਲੈ ਨੇਗੇ ਬਾਈ। ਬਾਈ ਕਿੱਥੋਂ ਆਏ ਹੋਗੇ? ਕਰਮਗੜ੍ਹ ਤੋਂ ਆਏ? ਇੰਨੀ ਦੂਰੋਂ? ਹੋਰ ਜ਼ਿਲ੍ਹਾ ਕਿਹੜਾ ਪੈਂਦਾ? ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ। ਇਹ ਕੀ ਬੱਕਰੇ ਨੇ ਹਰੇ? ਵਿੱਚ ਬੱਕਰੇ ਆ, ਵਿੱਚ ਪੱਠਾ ਨੇ। ਵਿੱਚ ਪੱਠਾ ਨੇ, ਵਿੱਚ ਬੱਕਰੇ ਆ। ਕਿੰਨੇ ਕਿੰਨੇ ਰੁਪਏ ਮੰਗਦੇ ਹੋਗੇ? ਇਹਨਾਂ ਦਾ ਅੱਡੋ ਅੱਡੀ ਰੇਟ ਨੇ, ਇਹ ਨਸਲਾਂ ਦੇ ਪਸ਼ੂ ਨੇ। ਨਹੀਂ, ਨਸਲਾਂ ਦੇ ਤਾਂ ਹੈਗੇ ਨੇ, ਵੀ ਇਕੱਠੇ ਤਾਂ ਨਹੀਂ ਵੇਚਣੇ? ਇਕੱਠੇ ਨਹੀਂ ਵਿਕਦੇ। ਅੱਛਾ ਅੱਛਾ, ਵੱਡੇ ਛੋਟੇ ਨੇ? ਵੱਡੇ ਛੋਟੇ ਨੇ। ਹਾਂ ਠੀਕ ਹੈ ਜੀ ਫਿਰ। ਹੈਂ ਹਾਂ ਠੀਕ ਹੈ। ਆ ਵੱਡੇ ਦਾ ਕੀ ਰੇਟ ਹੈ ਇਹਦਾ? ਕਿੰਨੇ ਮਹੀਨੇ ਦਊਗਾ ਇਹ? ਇਹ 8 ਮਹੀਨਿਆਂ ਦਾ। ਹਾਂ, ਇਹਦੇ ਕਿੰਨੇ ਮੰਗਦੇ ਹੋ? ਇਹਦਾ 16,000 ਮੰਗਦੇ ਆ। 16,000 ਮੰਗਦੇ ਹੋ? ਠੀਕ ਹੈ। ਆ ਛੋਟਿਆਂ ਦਾ? ਛੋਟਿਆਂ ਦਾ 6,500। 6,500। ਇਹ ਬੱਕਰੇ ਨੇ ਹਰੇ? ਇਹ ਪੱਠਾ ਵੀ ਨੇ, ਵਿੱਚ ਬੱਕਰੇ ਵੀ ਨੇ। ਵਿੱਚ ਬੱਕਰੇ ਵੀ ਨੇ। 6,500 ਰੁਪਇਆ। 3 ਛੋਟੇ ਨੇਗੇ ਆਪਣੇ ਕੋਲ। ਠੀਕ ਹੈ ਜੀ ਫਿਰ। ਸਹੀ ਗੱਲ, ਪਰਲੀ ਸਾਈਡ 'ਤੇ ਮਾਰ ਕੇ ਇੱਧਰ ਸੇਮ ਕੈਮਰਾ। ਉਹ ਬੱਕਰੀ ਹੈ ਜਿਹੜੀ, ਉਹ ਗੱਭਣਾ ਕੀ ਪਰਲੇ ਬੰਨੇ ਵੱਡੀ ਸਾਰੀ ਖੜੀ? ਹਾਂ ਜੀ, ਗੱਭਣਾ ਉਹ। ਅੱਛਾ, 2.5 ਮਹੀਨਿਆਂ ਦੀ। ਉਹ ਕਿੰਨੇ ਦੀ ਵੇਚਣੀ ਆ? ਉਹ ਵੇਚਦਾ ਨਹੀਂ, 15 ਸਾਲਾਂ ਦੀ। 15 ਸਾਲਾਂ ਦੀ? ਕਿੰਨੇ ਮਹੀਨੇ ਦੀ ਗੱਭਣਾ? 2.5 ਮਹੀਨਿਆਂ ਦੀ। ਹਾਂ, 2.5 ਮਹੀਨੇ ਦੀ ਗੱਭਣਾ ਜੀ। ਠੀਕ ਹੈ, ਠੀਕ ਹੈ ਜੀ ਫਿਰ। ਹੈਂ, ਲਓ ਵੀਰ, ਬਾਈ ਲੈ ਕੇ ਆਏ ਨੇ, ਕਹਿੰਦਾ ਅੱਡ ਅੱਡ ਰੇਟ ਇਕੱਠੇ ਨਹੀਂ ਵੇਚਣੇ, ਟੰਡੀ ਨਹੀਂ ਵੇਚਣੀ ਗੀ। ਅਤੇ ਠੀਕ ਹੈ ਗੱਲਬਾਤ, ਚੱਲਦੇ ਹੁਣ ਆਪਾਂ ਅੱਗੇ। ਉੱਧਰ ਦੇਖਦੇ ਹਾਂ ਵੀ ਸੌਦਾ ਬਣ ਰਿਹਾ, ਜੇ ਤਾਂ ਸੌਦਾ ਹੁੰਦਾ ਹੋਇਆ ਤਾਂ ਦਿਖਾਵਾਂਗੇ, ਨਹੀਂ ਦਿਖਾਉਂਦੇ ਨਹੀਂ, ਕਿ ਰੌਲਾ ਜਿਹਾ ਖਾਸਾ ਪਈ ਜਾਂਦਾ, ਮੈਂ ਤਾਂ ਹੀ ਰੌਲਾ ਜਿਹਾ ਦੇਖ ਕੇ ਆ ਗਿਆ। ਇੱਧਰੋਂ ਹੀ ਬਾਈ ਦੇਖਦੇ ਹਾਂਗੇ ਬਾਈ, ਰੌਲਾ ਜਿਹਾ ਕਾਹਤੋਂ ਪਈ ਜਾਂਦਾ, ਨਿਬੜ ਗਿਆ? ਇਹ ਠੀਕ ਆ। ਕਿਹਨੇ ਖਰੀਦਿਆ ਬਾਈ? ਬਾਈ ਦੀ ਸੀਗੀ? ਤੁਸੀਂ ਲਾਓ, ਬਾਈ ਨੇ ਤਾਂ ਲਾ ਫੜ 4,000 ਦੀ ਇਹ ਵੀ ਪਾ ਯਾਰ, ਕੀ ਤੇਰੇ ਨਾਲ ਬਾਰੀਆਂ ਜਾਂ ਨਹੀਂ ਲਾਉਂਦੇ? ਆ ਪੱਠ ਦਾ ਸੌਦਾ ਕਰ ਦਿਆਂਗੇ। ਠੀਕ ਹੈ ਬਿਲਕੁਲ ਬਾਈ, ਮੇਰੇ ਨਾਲ ਉਹ ਗੱਲ ਨਹੀਂ ਕਰਦੇ ਵੀ ਤੂੰ ਨਹੀਂ ਦੇਣੀ, ਵਪਾਰੀਆਂ ਕੋ ਕਿਚ ਕਿਚ ਜੀ ਕਰਾਂਗੇ, ਠੀਕ ਹੈ ਨਾ ਗੱਲ, ਦੇਖ ਲਾ। ਕਿੰਨੇ ਮਹੀਨੇ ਦੀ ਪੱਠ ਹੈ ਬਾਈ? ਪੱਠ ਦਾ ਯਾਰ 3-4 ਮਹੀਨੇ ਦੀ ਹੋਊਗੀ ਇਹ ਵੀ। 3-4 ਮਹੀਨੇ ਦੀ ਹੋਊਗੀ, ਪੱਕਾ ਨਹੀਂ ਪਤਾ, ਹੁਣ ਐ ਤੇ ਮਾਲ 'ਚ ਕੀ ਪਤਾ ਲੱਗਦਾ ਯਾਰ ਵੱਧ ਘੱਟ ਦਾ। ਠੀਕ ਹੈ, ਮਾਲ 'ਚ ਪਤਾ ਨਹੀਂ ਲੱਗਦਾ ਬਾਈ ਦਾ ਵੱਧ ਘੱਟ ਦਾ, ਹੁਣ ਵੱਡੇ ਨੇ ਗੇ ਫਸ ਕੇ ਪੱਟਣਗੇ, ਕਿਤੇ ਤਾਰ 'ਚ ਫਸ ਗਿਆ ਹੋਣਾ। ਚਲ ਉਹਦਾ ਠੀਕ ਹੈ, ਕੁੱਤੇ ਕੱਤੇ ਨੇ ਤਾਂ ਨਹੀਂ ਪਾੜੀ ਵੀਰੇ? ਨਾ ਨਾ ਯਾਰ, ਕੁੱਤੇ ਨੇ ਪਾੜੀ ਹੋਵੇ ਭਾਵੇਂ ਆਪਾਂ ਕਿੰਨੇ ਲਾਤੇ ਬਾਈ ਤੁਸੀਂ ਪੈਸੇ? 4,000 ਰੁਪਏ ਲਾਤਾ ਬਾਈ ਨੇ।
ਦੱਸੋ ਬਾਈ ਨੂੰ ਫਿਰ ਦੱਸ ਰਿਹਾ ਬਾਈ ਨੂੰ ਤਾਂ ਦੱਸਤਾ ਹੀ ਨਹੀਂ ਹੋਰ ਕਿੰਨੇ ਦੀ ਦੇਣੀ ਆ ਜਮਾ ਹੀ ਸਹੀ ਦੱਸ ਦੇ ਯਾਰ ਮੰਗਣ ਨੇ ਛੱਡ ਹੀ ਜੇ ਦਮਾ ਹੀ ਹੈ 4500 ਦੀ ਪੱਠ ਦੇ ਯਾਰ ਚੱਲ ਫਿਰ ਤੇਰੀ ਮਰਜ਼ੀ ਆ ਭਰਾਵਾ ਬਸ ਹੈ ਜੀ ਲਾਣਦਾਰ ਜੀ ਅੱਛਾ ਨਹੀਂ ਹੋਣੀ ਜੀ ਚਲੋ ਠੀਕ ਹੋਰ ਕਿੰਨੇ ਦੀ ਹੋਊਗੀ ਅੱਛਾ ਜੀ ਇਹ ਫਰਕ ਆ ਕੋਈ ਹੈ ਜੀ ਅੱਛਾ ਜਮਾ ਰੇਟ ਸਹੀ ਲੱਗ ਰਿਹਾ ਸੀ ਇੱਕ ਹੋਰ ਵੀ ਖਰੀਦੀ ਬਾਈ ਹਾਂ ਖਰੀਦੀ ਆ ਜੀ ਪਹਿਲਾਂ ਹਾਂ ਜੀ ਕੰਨ ਤਾਂ ਹੁਣ ਪੱਟੀ ਹੋਇਆ ਉਹ ਤਾਂ ਗੱਲ ਹੈਗਾ ਬਾਈ ਵੀ ਕਹਿ ਕੇ ਵੀ ਕੰਨ ਪੱਟਿਆ ਹੋਇਆ ਹਾਂਜੀ ਹਾਂ ਬਿਲਕੁਲ ਸਹੀ ਗੱਲ ਇੱਕ ਵਾਰ ਪੁੱਛ ਲਓ ਦੇ ਦੂਗਾ ਬਾਈ ਦੇ ਦੂਗਾ ਬਾਈ ਯਾਰ ਆ ਜਾ 5000 ਦੀ ਕਰ ਗੱਲ ਇੱਕ ਵਾਰ ਗੱਲ ਤਾਂ ਕਰੋ ਉਹਦੇ ਨਾਲ ਹੁਣ ਲਾ ਕੇ ਭੱਜਾਂਗੇ ਥੋੜੀ ਵੀ ਪੰਜ ਤੋਂ ਪੌਣੇ ਪੰਜ ਕਰਾਂਗੇ ਪੌਣੇ ਪੰਜ ਨਹੀਂ ਕਰਦੇ ਪੂਰਾ ਪੰਜ ਹੀ ਦਵਾਂਗੇ ਦੇਖ ਲੈ ਹੋਰ ਵੀ ਹੋਊਗਾ ਕੋਈ ਨਾ ਕੋਈ ਬਾਈ ਲੈਣ ਵਾਲਾ ਚੱਲਦੇ ਪਰਚੀ ਕਰਵਾਈ ਦੇ ਜਿਹੜੀ ਕਰਾਈ ਨਹੀਂ ਪਰਚੀ ਕਰਾ ਰਿਆ ਅਜੇ ਕਿਹੜੇ ਪਰਚੇ ਕਿੰਨੀ ਕੱਚ ਆ ਬਾਈ 5000 ਤਾਂ ਲਾਤਾ ਬਾਈ ਇਹਨੇ ਕੀ ਤੈਂ ਖਰੀਦਣੀ ਆ ਸਾਈ ਮੰਗਦਾ ਤਾਂ ਬਾਬਾ 100 ਲੱਗਦਾ ਬਣਦਾ ਦੀਂਦਾ ਨੀ ਗਾ ਸੌਦਾ ਆ ਪੱਟ ਸੀ ਪੱਟ ਠੀਕ ਸੀਗੀ ਯਾਰ ਬਾਈ ਪੈਸੇ ਪਾ ਦੇ ਪੈਸੇ ਪਾ ਦੇ ਠੀਕ ਹੈ ਬਾਈ ਚਲੋ ਫਿਰ ਉਹਦੀ ਮਰਜ਼ੀ ਆ ਚਲੋ ਜੇ ਤਾਂ ਵੇਚਣ ਦੇ ਮੂਡ ਚ ਹੋਇਆ ਚਲੋ ਉਹ ਦੇਖੋ ਹੋਰ ਦੇਖ ਲਾ ਪੂਰੀ ਦੇਖ ਲਾ ਹੁਣ ਠੀਕ ਹੈ ਚਲ ਅੱਗੇ ਚੱਲ ਦਿਆਂਗੇ ਹੁਣ ਉਧਰ ਦੇਖਦੇ ਨੇ ਗੇ ਬਾਈ ਅੱਜ ਆਪਾਂ ਇੰਟਰਟੇਨਮੈਂਟ ਕਰ ਦਿਆਂਗੇ ਰੌਲਾ ਗੋਲਾ ਦੇਖ ਦਿਆਂਗੇ ਇੱਥੇ ਬਸ ਕੀ ਹੈਗਾ ਹੁਣ ਉੱਧਰ ਸੌਦਾ ਨਹੀਂ ਬਣਿਆ ਤਾਂ ਇੱਧਰ ਸਹੀ ਉੱਧਰ ਨਹੀਂ ਤਾਂ ਉੱਧਰ ਸਹੀ ਦੇਖ ਦਿਆਂਗੇ ਇਹ ਕਿੰਨੇ ਦੀ ਆ ਹੁਣ ਚਰਨੇ ਕਿ ਨਹੀਂ ਆ ਗਏ ਹੁਣ ਚਰਨੇ ਦੀ ਕਿਉਂ ਨੇ ਨਾ ਮੰਗਦੇ ਕਿੰਨੇ ਰੁਪਈਆ 10000 ਰੁਪਈਆ ਰੁਪਈਆ ਦੇ ਦੀ 5000 ਨਹੀਂ ਯਾਰ 4000 ਓ ਨਹੀਂ ਚੱਲ ਤੈਨੂੰ ਨਾ ਐ ਹਾਸੀ ਤਾਂ ਹਾਸੀ ਰਹੀ ਕਿੰਨੇ ਦੀ ਪੁੱਗੂਗੀ ਓਏ ਪੱਠ ਵਧੀਆ ਲੈ ਜਾ ਚੁੱਪ ਕਰਕੇ ਕਾਹਨੂੰ ਧੱਕੇ ਖਾਂਦਾ ਫਿਰਦਾ ਬਾਹਰ 6 ਮਹੀਨੇ ਚ ਬੱਕਰੀ ਤਿਆਰ ਆ ਲੈਣੀ ਕਿਹਨੇ ਗੀ ਓ ਬਾਈ ਆ ਲੈਣੀ ਕਿਹੜਾ ਪਿੰਡ ਆ ਬਾਈ ਕਕਰਾਲਾ ਭਾਈ ਕਾ ਕਕਰਾਲਾ ਭਾਈ ਕਾ ਖਰੀਦ ਰਹੇ ਬਾਈ ਪਹਿਲਾਂ ਵੀ ਬੱਚੇ ਖਰੀਦੇ ਨੇਗੇ ਘਰੇ ਹੈਗੇ ਨੇਗੇ ਓ ਪੱਠ ਵੀ ਸਿਰਾ ਯਾਰ ਪੱਠ ਥੋੜੀ ਮਾੜੀ ਆ ਲਾਉਣਾ ਇੱਥੇ ਬਣਦਾ ਨਹੀਂ ਫਰਕ ਨਹੀਂ ਕੋਈ ਲੈਣਾ ਨਹੀਂ ਦੇਖ ਲੈ ਪੈਸੇ ਧਾਰ ਕਰਾ ਦਾਂਗੇ ਦੋ ਨਾ ਪੈਸੇ ਦਾ ਕੋਈ ਚੱਕਰ ਨਹੀਂ ਇਹ ਲੈਣੀ ਨਹੀਂ ਮੇਰੇ ਨੇ ਇਹ ਕਹਿੰਦਾ ਵੱਡੀ ਨਹੀਂ ਲੈਣੀ ਵੱਡੀ ਲੈਣੀ ਨਹੀਂ ਇਹ ਕਹਿੰਦਾ ਹੋਰ ਚੁੰਗੜਾ ਚ ਕੀ ਕੱਢੇਗਾ ਤੇਰੇ ਬਾਕੀ ਤੇਰੀ ਮਰਜ਼ੀ ਆ ਵੱਡੇ ਭਾਈ ਚੁੰਗੜਾ ਚ ਕੋਈ ਫਾਇਦਾ ਨਹੀਂ ਚੁੰਗੜ ਦਾ ਤਾਂ ਹੁਣ ਮੂਰੇ ਠੰਡ ਆ ਨਹੀਂ ਕੋਈ ਚਲੋ ਤੇਰੀ ਅੱਛਾ ਛੋਟੀਆਂ ਭਾਲਦਾ ਹਲੇ ਹੋਰ ਦੇਖ ਲੈ ਲੈਣੇ ਆ ਉਹ ਦਿਖਾ ਦੇ ਸੱਤੀ ਫਿਰ ਮੈਂ ਇਹਦਾ ਦਿਖਾ ਰਿਹਾ ਮੰਨੇ ਨਹੀਂ ਰਿਹਾ ਮੈਂ ਇਹਦਾ ਕੋਈ ਕੱਪੜਾ ਦੇਖ ਲਈ ਫਿਰ ਉਹ ਦੇ ਲੈ ਲੈ ਹੁਣ ਉਧਰ ਦੇਖ ਲਓ ਚੱਲ ਹੁਣ ਚੱਲੀ ਚੱਲੋ ਇੱਧਰ ਮੈਂ ਵੀ ਨਹੀਂ ਜਾਂਦਾ ਜਿੱਧਰ ਨੂੰ ਗੱਲ ਬਣਦੀ ਉਧਰ ਨੂੰ ਚੱਲੀ ਚੱਲੋ ਬਸ ਅੱਜ ਆਜੋ ਬਾਈ ਮੰਡੀ ਸਾਰੀ ਮੰਗ ਰਾਜਾ ਕਰੋ ਜਿੰਨੀ ਬਾਈਆਂ ਦੀ ਫਿਰਦੀ ਹੈਗੀ ਮੋਟਰ ਲੈਂਦੇ ਹੋ ਕਿੱਥੇ ਆ ਪੱਠ ਦੇਖ ਲੈ ਕਿਹਨਾਂ ਤੇ ਖੜੀ ਦੀ ਓਏ ਕਿਰੇ ਆਰੇ ਖੜੀ ਦੀ ਕਾ ਕਿੱਥੇ ਓਏ ਆ ਪੱਠ ਵਧੀਆ ਕਿੱਧਰ ਗਿਆ ਓਏ ਆ ਦੇਖ ਲਾ ਭੈ ਜੀ ਦੇ ਨਮੂਨਾ ਹੀ ਆ ਪੱਠ ਕੱਢੀ ਉਰਾ ਓਏ ਉਹ ਦੋਨੇ ਹੀ ਕਰ ਰਹਾ ਦੋਨੇ ਹੀ ਦਈਏ ਇਹਨੂੰ ਓਏ ਆ ਜਾ ਹੁਣ ਓਏ ਨਹੀਂ ਲੈ ਇਹਦਾ ਮਨ ਨਹੀਂ ਮੰਨ ਰਿਹਾ ਹੈਗਾ ਮੈਨੂੰ ਪਤਾ ਪਰ ਬੰਦਾ ਬੜਾ ਰਿਹਾ ਗੇਰ ਹੈ ਲੈ ਕੋਈ ਨਹੀਂ ਲੈ ਚੱਲ ਕੋਈ ਗੱਲ ਨਹੀਂ ਬਾਈ ਲੈ ਨਹੀਂ ਰਹੇ ਇੱਥੇ ਬੱਕਰੀਆਂ ਦੇਖਾ ਦਾਨੇ ਬਾਈਆਂ ਦੀਆਂ ਤੇ ਕਿਹਦੀਆਂ ਨੇ ਬਾਈ ਆ ਸਰਦਾਰ ਖੜਾ ਹੀ ਗੜਾਸੇ ਵਾਲਾ ਆ ਗੜਾਸੇ ਵਾਲੇ ਮੁੰਡੇ ਦੀਆਂ ਨੇ ਕਿਵੇਂ ਬਾਈ ਗੜਾਸੇ ਵਾਲਿਆ ਵਧੀਆ ਬਾਈ ਜੀ
ਠੀਕ ਹੈ ਬਾਈ ਆਪਾਂ ਨੂੰ ਮਿਲਦੇ ਰਹਿੰਦੇ ਨੇ ਤਾਂ ਇਹਨਾਂ ਨੂੰ ਉਸ ਤਰ੍ਹਾਂ ਆਪਾਂ ਬੋਲ ਪੈਣਗੇ ਕਿੰਨੇ ਨਗ ਲਿਆ ਵੀਰੇ 10 ਨਗ ਨੇ ਬਾਈ 10 ਨਗ ਨੇ ਕਿੰਨੇ ਰੁਪਏ ਮੰਗਦਾ ਬੱਕਰੀ ਦਾ ਬੱਕਰੀ ਸਾਰਿਆਂ ਦੀ ਸਾਰਿਆਂ ਦਾ ਹਾਂ ਸਾਰਿਆਂ ਦਾ ਟੋਟਲ 2 ਲੱਖ ਸਾਰਿਆਂ ਦਾ 2 ਲੱਖ ਹੈ ਕਿੰਨੇ ਨਗ ਦੱਸਿਆ ਸੀ 10 ਜੀ 10 ਨਗ ਹੈ ਬੱਕਰੀ ਦਾ ਕਿੰਨਾ ਮੰਗਣਾ ਉਹਦਾ ਜੀ 40,000 40,000 ਹੈ ਤੇ ਆ ਕੀ ਨੇ ਇਹ ਵੀ ਬੱਕਰੀਆਂ ਨੇਗੀਆਂ ਹਾਂ ਜੀ ਬੱਕਰੀ ਜੀ ਠੀਕ ਇਹਨਾਂ ਦੇ ਕਿੰਨੇ ਕਿੰਨੇ ਮੰਗਣਾ ਇਹਦਾ 20 ਜੀ ਇਹਦਾ 20 ਹੈ ਹਾਂਜੀ ਠੀਕ ਹੈ ਬਾਈ ਹੈ ਫਿਰ ਠੀਕ ਹੈ ਜੀ ਠੀਕ ਮਹੀਨਿਆਂ ਦੀ ਮਿਲਦੀ ਹੈ ਛੋਟੇ ਨਗਾਂ ਦੇ ਕਿੰਨੇ ਕਿੰਨੇ ਮੰਗਦੇ ਹੋ ਉਹ ਪੱਠਾਂ ਦੇ ਨਿੱਕੇ ਪੱਠ ਦਾ ਜੀ 10,000 ਜੀ ਉਸ ਪੱਠ ਦਾ ਅੱਛਾ ਕਿਹੜਾ ਪਿੰਡ ਆਪਣਾ ਸਮਾਦਾਂ ਜੀ ਸਮਾਦਾਂ ਕਿੰਨਾ ਮਾਦਾਂ ਸਮਾਦਾਂ ਖਰਕਾਂ ਸਮਾਦਾਂ ਸਮਾਦਾਂ ਖਰਕਾਂ ਠੀਕ ਹੈ ਜੀ ਠੀਕ ਹੈ ਵੀਰੇ ਹੈ ਲਓ ਹੁਣ ਆਪਾਂ ਉੱਧਰ ਫਿਰ ਚੱਲ ਦਿਆਂਗੇ ਦੇਖਦੇ ਹਾਂ ਇੱਧਰ ਨੂੰ ਰੌਲਾ ਪਈ ਜਾਲੂ ਉੱਧਰ ਨੂੰ ਭੱਜੀ ਚੱਲਾਂਗੇ ਆਪਾਂ ਚੱਲ ਬੱਕਰੀ ਦਿਖ ਲਓ ਵੀਰਿਓ ਆਹ ਮੁੰਡੇ ਖੜੇ ਨੇ ਆਪਣੇ ਕੋਲ ਬਾਈ ਇਹਨਾਂ ਨੇ ਜਿਹੜੀ ਉਹ ਵੱਡੇ ਕਰਨ ਵਾਲੀ ਪੱਠ ਸੀਗੀ ਜਿੱਥੇ ਰੌਲਾ ਪੈ ਰਹੇ ਸੀ ਉਹ ਵੀ ਖਰੀਦ ਲਈ ਅਤੇ ਆਹ ਪੱਠ ਬਾਈ ਨੂੰ ਮੈਂ ਕਿਹਾ ਸੀਗਾ ਕਿ ਆ ਕੇ ਖਰੀਦ ਲੈ ਅਤੇ ਇਹ ਉਦੋਂ ਕਹਿੰਦਾ ਜੀ ਮੈਂ ਖਰੀਦਣੀ ਹੁਣ ਇਹਨੇ ਬਾਈ ਨੇ ਖਰੀਦ ਲਈ ਪਤਾ ਨਹੀਂ ਕਿਵੇਂ ਦਿਲ ਜਾ ਪੈ ਗਿਆ ਕਿਵੇਂ ਦਿਲ ਪੈ ਗਿਆ ਬਾਈ ਇਹ ਵੀ ਖਰੀਦਣੀ ਆ ਉਦੋਂ ਤੱਕ ਹੈ ਆਪਾਂ ਨੂੰ ਕੋਈ ਘਾਟਾ ਨਹੀਂ ਲੱਗਿਆ ਸਾਡੀ ਹੱਲਾ ਸ਼ੇਰੀ ਸੀ ਤੁਹਾਡੀ ਹੱਲਾ ਸ਼ੇਰੀ ਨਾਲ ਹੀ ਕੋਈ ਚੱਕਰ ਆਪਾਂ ਨੇ ਕੰਮ ਦੋਵੇਂ ਪੈ ਗਏ ਵੀਰ ਜੀ ਹੱਲਾ ਸ਼ੇਰੀ ਵੀ ਪੈ ਗਈ ਬਾਕੀ ਸਾਡਾ ਮਨ ਵੀ ਸੀਗਾ ਪੱਠ ਤੇ ਨਹੀਂ ਸਹੀ ਗੱਲ ਕਿੰਨੇ ਮਹੀਨੇ ਦੀ ਇਹ ਬਾਈ ਨੇ ਕਹੋ ਕਿੰਨੇ ਮਹੀਨੇ ਦੇ ਵੀਰੇ ਹੋ ਗਈ 7 ਕੁ ਮਹੀਨੇ 6 ਕੁ ਮਹੀਨੇ ਦੀ ਹੋਊਗਾ 6 ਕੁ ਮਹੀਨੇ ਪੱਕਾ ਨਹੀਂ ਪਤਾ ਪੱਕਾ ਮੈਨੂੰ ਵੀ ਨਹੀਂ ਪਤਾ ਜੀ ਪੂਰੀਆਂ ਖਰੀਦੀ ਜੀ ਪੱਠ ਸੋਣੀ ਆ ਅੱਛਾ ਇੱਥੇ ਖਰੀਦੀ ਸੀ ਇੱਥੇ ਵੇਚਤੀ ਆਹ ਦੇ ਪੱਠ ਦਿਖਾਈ ਬਈ ਉਰਾਂ ਲੈ ਵੀਰੋ ਪੱਠ ਦਿਖਾ ਦਿਓ 6 ਕੁ ਮਹੀਨੇ ਦੀ ਬਾਈ ਕਹਿੰਦੇ ਨੇਗੇ ਖੋਲ ਕੇ ਦਿਖਾ ਦੇ ਨੱਕ ਕੁਆਲਿਟੀ ਕੰਨ ਕੁੰਨ ਸਿੰਘ ਬਿਲਕੁਲ ਓਕੇ ਦੀ ਰਿਪੋਰਟ ਹੈਗੀ ਅਤੇ ਦੁੱਧ ਪਿਆ ਦੀ ਇਹਨੂੰ ਬਾਈ ਰੱਜ ਕੇ ਐਨ ਪੂਰੇ ਭੱਜੂ ਇਹ ਤਾਂ ਉਹਦੇ ਨਾਲ ਬਹੁਤ ਦੂਜੇ ਰੋਡ ਦੇ ਰੱਖੇ ਨੇ ਠੀਕ ਹੈ ਬਾਈ ਫਿਰ ਧੰਨਵਾਦ ਬਸ ਰਹਿਣ ਦੇ ਖੋਲਣ ਨੂੰ ਪਈ ਜਾਂਦਾ ਗਾ ਰੌਲਾ ਫਿਰ ਨਮੇੜ ਦਿਆਂਗੇ ਬਾਈਆਂ ਦਾ ਦੇਖੋ ਬਾਈ ਰੌਲਾ ਨਮੇੜ ਦੇਖਣਾ ਹੈ ਬਾਈ ਅਸੀਂ ਤੁਹਾਡਾ ਬੱਕਰੀਆਂ ਦੇ ਇੱਕ ਦਿਨ ਮੁੰਡਾ ਜਿਹਾ ਆ ਗਿਆ ਉਹ ਆਂਦਾ ਬਾਈ ਵੇਚਣੀਆਂ ਨੇ ਹਾਂਜੀ ਮੈਂ ਵੀ ਤਿੰਨ ਖਲੀਆਂ ਨੇ ਤੇ ਤਿੰਨੇ ਸੂਨ ਵਾਲੀਆਂ ਨੇ ਮੈਨੂੰ ਆਂਦਾ ਕੀ ਲਓਗੇ ਦਿਓ ਲੈਣਾ ਜੇ ਮੈਂ ਯਾਰ ਤੂੰ ਹੀ ਦੱਸ ਦੇ ਮੇਰੇ ਕੋਲ ਵਪਾਰੀ ਸੌਦਾ ਨਹੀਂਗਾ ਮੈਨੂੰ ਆਂਦਾ 3,000 ਦਾ 15,000 ਰੁਪਇਆ ਦੇਣਾ ਮੈਂ ਮੰਮੀ ਤੰਗ ਤੇ ਆਈ ਨੌਕਰ ਦੋ ਰੱਖੇ ਨੇ ਦੋ ਨੌਕਰ ਨੇ ਤੇ 5-7 ਕਿੱਲੇ ਪੱਠਿਆਂ ਦੇ ਨੇ ਫਿਰੀ ਜਾਂਦੀਆਂ ਹਨ ਮੈਂ ਭੈਣ ਚੋਂ ਤਾਂ ਸਾਰੇ ਬਹਿ ਬਹਿ ਮਾੜੀ ਇਹਨਾਂ ਦੀ ਛੋਰੀ ਚੋਂ ਮੈਂ ਝੁੱਕ ਤੇ ਲੈ ਜਾ ਮੇਰੀ ਗੱਲ ਸੁਣ ਲੈ ਵੀਰੇ ਵੇਖ ਤੁਸਾਂ ਮੰਗਿਆ ਇਹਦਾ ਤਾਂ 15,000 ਇਹਨਾਂ ਲਾਇਆ 10,000 ਮੈਂ ਤੁਹਾਨੂੰ ਤੋੜ ਕੇ 11,500 ਨੈਟ ਰੁਪਈਏ ਕਹਿ ਦਿੱਤੇ ਨੇ ਫੜਾ ਹੈ ਫੜਾ ਕਿੰਨੇ ਰੁਪਏ ਮੰਗੇ ਸੀ ਇਹਨੇ ਬਾਈ ਨੇ ਪੱਠਾ ਨੇ 15,000 ਮੰਗਿਆ ਸੀਗਾ ਜੀ ਇਹ ਬੱਕਰੇ ਨੇ ਜੀ ਦੋਨੇ 15 ਮੰਗਿਆ ਸੀ ਹਾਂਜੀ ਹਾਂ ਸੌਦਾ ਬਿਲਕੁਲ ਜਾਇਜ਼ ਹੋ ਗਿਆ ਜੀ ਇਹਨਾਂ ਦਾ 11,500 ਦਾ ਬਿਲਕੁਲ ਜਾਇਜ਼ ਹਾਂ ਜੀ ਨਾ ਤਾਂ ਲੈਣ ਵਾਲੇ ਨੂੰ ਫਰਕ ਆ ਨਾ ਵੇਚਣ ਵਾਲੇ ਨੂੰ ਕੋਈ ਫਰਕ ਆ ਜੀ ਇਹ ਬਾਈ ਦੇ ਨੇ ਹਾਂ ਇਹ ਬਾਈ ਨਾਲ ਵਾਲੇ ਦੇ ਹਾਂਜੀ ਅੱਜ ਨਾਲ ਵਾਲੇ ਮੁੰਡੇ ਦੇ ਨੇਗੇ ਹਾਂਜੀ ਐਤਵਾਰ ਨੂੰ ਇਹ ਮੰਡੀ ਲੱਗਿਆ ਕਰੂਗੀ ਹਰੇਕ ਐਤਵਾਰ ਨੂੰ ਪਿੰਡ ਮੌਲਵੀ ਵਾਲਾ ਪਾਤੜਾਂ ਦੇ ਨੇੜੇ ਉਹ ਜਾਣਦੇ ਪਰਾਂ ਯਾਰ ਬੰਦੇ ਮੂੰਹ ਮੱਥੇ ਲੱਗਣ ਵਾਲੇ ਨੇ ਕਿੱਡਾ ਕੁ 500-700 ਨਾਲ ਕੀ ਹੋ ਜਾਊਗਾ ਬੱਚਿਆਂ ਦੇ ਮਾਰ ਦਿੱਤੇ ਕੈਮਰਾ ਲੈ ਬਾਈ ਇਹ ਹੋ ਗਏ ਇਹਨਾਂ ਵੀਰਾਂ ਦੇ ਦੋ ਰੌਲੇ ਗੌਲੇ ਦੇ ਵਿੱਚ ਸੌਦੇ ਜਿਹੜੇ ਹੋ ਰਹੇ ਨੇ ਲਿਖਾਈ ਕਰਾਓ ਬਾਈ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਅੱਜ ਰੌਲੇ ਗੋਲੇ 'ਚ ਹੀ ਸਮਾਂ ਜਿਹੜਾ ਬਤੀਤ ਹੋਇਆ ਬਾਈ ਪਰਾਂ ਹੋਈ ਮੁੰਡਾ ਜ਼ਰਾ ਚੱਲ ਕੋਈ ਨਾ ਰੌਲੇ ਗੋਲੇ 'ਚ ਸੌਦੇ ਜਿਹੜੇ ਹੋ ਰਹੇ ਨੇਗੇ ਅਤੇ ਉਹ ਬਾਈ ਲਿਖਾਈ ਕਰਾਉਣ ਚੱਲੇ ਨੇਗੇ ਬਸ ਅੱਜ ਇੰਟਰਟੇਨਮੈਂਟ ਹੀ ਕੀਤਾ ਜਿੰਨਾ ਕੀਤਾ ਕਿ ਬਾਈ ਮਾਂਗਰ ਫਿਰਦੇ ਰਹੇ ਨੇ ਸਾਰਿਆਂ ਵੀਰਾਂ ਦਾ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ
ਜ਼ਰੂਰ ਦੱਸਿਓ ਵੀਰੋ, ਧੰਨਵਾਦ।